ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਾਤਾ। ਨਾਮ ਦੱਸੋ ਆਪਣਾ ਕੀ ਆ? ਗਿਆਨ ਕੌਰ। ਗਿਆਨ ਕੌਰ। ਪਿੰਡ ਕਿਹੜਾ ਆਪਣਾ? ਪਿੰਡ ਨੂਰਪੁਰ। ਪਿੰਡ ਨੂਰਪੁਰ। ਅਤੇ ਤੁਸੀਂ ਮੇਰੇ ਕੋਲ ਇਲਾਜ ਕਰਵਾਇਆ ਸੀਗਾ? ਹਾਂਜੀ। ਹੁਣ ਤੁਸੀਂ ਉਹ ਦੱਸੋ ਵੀ ਇਲਾਜ ਕਾਹਦਾ ਕਰਵਾਇਆ ਸੀ? ਮੇਰੀਆਂ ਪਸਲੀਆਂ ਟੁੱਟ ਗਈਆਂ ਸੀਗੀਆਂ ਗੱਡੀ 'ਚ ਲੱਗ ਕੇ। ਠੀਕ ਆ। ਇੱਦਾਂ ਫਿਰ ਨਾ ਬਹੁਤ ਸੋਜ ਐਠੀ ਪੈ ਗਈ ਸੀ। ਤੜਕ ਤੜਕ ਬੋਲਦੀਆਂ ਸੀ ਹੱਡੀਆਂ। ਆਵਾਜ਼ ਆਉਂਦੀ ਸੀ ਵਿੱਚੋਂ? ਹਾਂਜੀ, ਹੋਰ ਆਵਾਜ਼ ਆਉਂਦੀ ਸੀ ਪਸਲੀਆਂ ਦੀ। ਠੀਕ ਆ। ਇਹ ਵਿੱਚ ਹਿੱਲ ਨਹੀਂ ਸੀ ਹੁੰਦਾ। ਠੀਕ ਆ। ਸੋਚ ਪੈ ਕੇ ਇੱਥੇ ਆ ਗਏ। ਮੈਂ ਇੱਥੇ ਆਈ, ਮੈਂ ਮਹੀਨੇ ਕੁ ਵਿੱਚ ਠੀਕ ਹੈ, ਚੰਗੀ ਤਰ੍ਹਾਂ ਨਾ ਹੋ ਗਈ, ਕੋਈ ਪ੍ਰੋਬਲਮ ਨਹੀਂ, ਮੈਨੂੰ ਸਭ ਠੀਕ ਠਾਕ, ਕੋਈ ਦਰਦ ਨਹੀਂ, ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ। ਮਤਲਬ ਸੋਚ ਵੀ ਪਈ ਸੀ ਨਾ? ਹਾਂਜੀ, ਸੋਚ ਪਈ ਸੀ ਇੱਥੇ ਵੀ ਪਸਲੀਆਂ 'ਤੇ, ਇੱਥੇ ਪਈ ਸੀ। ਠੀਕ ਆ। ਹਾਂਜੀ। ਅਤੇ ਜਿਹੜੀ ਸੋਚ ਆ, ਦਰਦ ਵਗੈਰਾ, ਹੋਰ ਕੋਈ ਪ੍ਰੋਬਲਮ? ਨਾ, ਹੁਣ ਕੋਈ ਨਹੀਂ ਮੈਨੂੰ ਮੁੜ ਕੇ ਹੋਈ। ਮਤਲਬ ਠੀਕ ਹੋ ਗਿਆ ਨਾ? ਹਾਂਜੀ, ਐਨ ਠੀਕ ਹੋ ਗਿਆ। ਬਿਲਕੁਲ ਠੀਕ ਆ। ਬਿਲਕੁਲ ਠੀਕ ਹੋ, ਬਿਲਕੁਲ ਹੈ। ਉਸ ਤੋਂ ਪਹਿਲਾਂ ਕਿਸੇ ਨੇ ਇਲਾਜ ਕਰਾਇਆ ਤੁਹਾਡੇ ਰਿਸ਼ਤੇ? ਹਾਂਜੀ, ਪਹਿਲਾਂ ਮੇਰੀ ਭੈਣ ਦੇ ਸੀ। ਉਹਨੂੰ ਕੀ ਪ੍ਰੋਬਲਮ ਸੀ? ਉਹਦੇ ਲੱਕ ਦਾ ਸੀ, ਲੱਕਾਂ ਦਾ ਸੀ। ਰੀੜ੍ਹ ਦੀ ਹੱਡੀ ਸੀ? ਹਾਂਜੀ, ਰੀੜ੍ਹੀ ਹੱਡੀ। ਕੀ ਪ੍ਰੋਬਲਮ ਕੀ ਸੀ? ਜਦੋਂ ਆਈ ਉਦੋਂ ਕੀ ਤਕਲੀਫ ਸੀ? ਉੱਥੋਂ ਆਉਂਦੇ ਗੱਡੀ 'ਚ ਦੇਖ ਲਾ ਕਿੱਦਾਂ ਲਿਆਉਂਦੀ ਸੀ, ਚੱਕ ਥੱਲ ਕੇ। ਠੀਕ ਆ। ਤਾਂ ਜਦ ਤੁਹਾਡੇ ਕੋਲ ਆਈ ਆ, ਇੱਕ ਵਾਰੀ ਆਉਣ ਦੇ ਮਾੜਾ ਮੋਟਾ ਫਰਕ ਪੈ ਗਿਆ, ਦੂਜੀ ਵਾਰੀ ਚੰਗੀ ਹੋ ਗਈ, ਤੀਜੀ ਵਾਰੀ ਆਈ ਹੈ, ਬੜੀ ਸੋਹਣੀ ਹੁਣ ਫਿਰਦੀ ਤੁਰਦੀ ਕੰਮ ਕਾਰ ਕਰਦੀ ਆ। ਨਹੀਂ, ਜਦੋਂ ਮੇਰੇ ਕੋਲ ਆਇਆ ਤਾਂ ਔਖੇ ਕਿੰਨੇ ਸੀ? ਉਦੋਂ ਬਹੁਤ ਜ਼ਿਆਦਾ ਔਖੇ ਸੀ ਨਾ, ਸਾਹ ਵੀ ਨਹੀਂ ਜਾਂਦਾ। ਦਰਦ ਕਿੰਨੀ ਕੁ ਹੁੰਦੀ ਸੀ? ਬਹੁਤ ਜ਼ਿਆਦਾ ਹੁੰਦੀ ਸੀ, ਨਾ ਰਾਤ ਟਿਕਦੀ ਸੀ ਨਾ ਦਿਨ ਟਿਕਦੀ ਸੀ। ਠੀਕ ਆ। ਹਾਂਜੀ। ਫਿਰ ਨਾਮ ਕੀ ਉਹਨਾਂ ਦਾ? ਦੇਖੋ, ਪਿੰਡ ਕਿਹੜਾ ਹੈ ਉਹਨਾਂ ਦਾ? ਪੋਸੀ। ਅਤੇ ਰੀੜ੍ਹ ਦੀ ਹੱਡੀ ਦਾ ਇਲਾਜ ਕਰਾਇਆ ਸੀ? ਹਾਂਜੀ, ਜਿਹਦੀ ਹੱਡੀ ਦਾ ਇਲਾਜ ਕਰਾਇਆ। ਮਤਲਬ ਕੋਈ ਕੰਪਲੇਂਟ ਤਾਂ ਨਹੀਂ ਆਈ ਕੋਈ ਵੀ ਕਮੀ ਪੇਸ਼ੀ ਇਲਾਜ ਵਿੱਚ? ਨਾ ਜੀ, ਨਾ ਜੀ, ਕੋਈ ਨਹੀਂ ਆਈ। ਮਤਲਬ ਜਿਹੜੀ ਤੁਹਾਡੀ ਭੈਣ, ਛੋਟੀ ਭੈਣ ਸੀ ਉਹ? ਹਾਂਜੀ, ਛੋਟੀ ਮੇਰੇ ਕੋਲ, ਅਸੀਂ ਲੈ ਕੇ ਆਏ ਇੱਥੇ। ਠੀਕ ਹੈ ਜੀ। ਹਾਂਜੀ। ਮਤਲਬ ਇਲਾਜ ਕੀਤਾ, ਬਿਲਕੁਲ ਠੀਕ ਹੋ ਗਈ ਭੈਣ ਤੁਹਾਡੀ ਨਾ? ਭੈਣ ਤੋਂ ਬਾਅਦ ਫਿਰ ਤੁਸੀਂ ਇਲਾਜ ਕਰਾਇਆ? ਫਿਰ ਅਸੀਂ ਕਰਾਇਆ। ਤੁਹਾਡੇ ਪਸਲੇ ਟੁੱਟੀਆਂ ਸੀ ਨਾ? ਹਾਂਜੀ। ਆਵਾਜ਼ ਕਿੰਨੀ ਕਰਦੀ ਸੀ ਵਿੱਚੋਂ? ਬਹੁਤ ਜ਼ਿਆਦਾ ਆਉਂਦੀ ਸੀ, ਜ਼ਿਆਦਾ ਤਾਂ ਬਹਿੰਦੀ ਵੀ ਸੀ, ਉੱਦਾਂ ਵੀ ਹੁੰਦੀ ਸੀ, ਤੜਕ ਤੜਕ ਹੁੰਦੀ ਸੀ। ਠੀਕ ਆ। ਹਾਂਜੀ। ਅਤੇ ਹੁਣ ਕੋਈ ਆਵਾਜ਼? ਜਿਹੜੇ ਹੱਡੀ ਟੁੱਟੀਆਂ ਸੀ ਭਲੇ ਪਸਲੀ? ਹਾਂਜੀ, ਦਾ ਵੀ ਇੱਥੋਂ ਕਰਾਇਆ। ਠੀਕ ਆ। ਤੇ ਹੁਣ ਜਿਹੜੀ ਪਸਲੀਆਂ ਦੀ ਪ੍ਰੋਬਲਮ ਸੀ, ਕੋਈ ਦਰਦ ਸੀ, ਕੋਈ ਸੋਜ ਸੀ, ਕੋਈ ਆਵਾਜ਼ ਸੀ, ਕੋਈ ਵੀ ਪ੍ਰੋਬਲਮ? ਹਾਂਜੀ, ਹੁਣ ਕੋਈ ਨਹੀਂ ਬਿਮਾਰੀ, ਐਨ ਬਿਲਕੁਲ ਠੀਕ ਹੋ, ਸਹੀ। ਠੀਕ ਆ। ਕੋਈ ਸਾਹ ਦੀ ਨਹੀਂ ਆਉਂਦੀ, ਬਿਮਾਰੀ ਮੋਟੀ ਸਾਹ ਦੀ ਵੀ ਹੋਵੇ। ਠੀਕ ਆ। ਮਤਲਬ ਤੁਸੀਂ ਖੁਸ਼ ਹੈ ਪੂਰੇ? ਹਾਂਜੀ, ਮੈਂ ਬੜੀ ਖੁਸ਼ ਹਾਂ। ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ।